ਪਿੰਡ ਕਾਲਦਰਾ ਹੀ ਹਾਂ ਜੀ, ਪਿੰਡ ਕਾਲਦਰਾ। ਅੱਜ ਅਸੀਂ ਪਹੁੰਚੇ ਹਾਂ ਜੀ ਪਿੰਡ ਕਾਲਦਰਾ ਦੇ ਵਿੱਚ, ਜਿਹੜਾ ਕਿ ਸਾਡੀ ਸ੍ਰੀ ਗੁਰੂ ਅਰਦਾਸ ਸਭਾ ਯੂਏ ਦੀ ਕਮੇਟੀ ਨੇ, ਇਹ ਸਾਡੇ ਭਾਜੀ ਹੋਣੀ ਤਕਰੀਬਨ ਪਿੰਡ ਕਾਲਦਰਾ ਤੋਂ, ਜਿਹਨਾਂ ਦੇ ਰਾਜ ਮਿਸਤਰੀ ਦਾ ਕੰਮ ਕਰਦੇ ਸੀ, ਤਕਰੀਬਨ 3-4 ਸਾਲ ਹੋ ਗਏ ਸੱਟ ਲੱਗੀ ਨੂੰ। ਅਤੇ ਇਹਨਾਂ ਦੇ ਅੱਜ ਅਸੀਂ ਜੋ ਸਾਡੀ ਸ਼੍ਰੀ ਗੁਰੂ ਅਰਦਾਸ ਸਭਾ ਯੂਏ ਦੀ ਕਮੇਟੀ ਨੇ ਡਿਊਟੀ ਲਾਈ ਸੀ, ਉਹਦੇ ਸੰਬੰਧ ਵਿੱਚ ਮੈਂ ਅਤੇ ਸਾਡੇ ਪੁਰਸ਼ੋਤਮ ਭਾਜੀ, ਸਾਡੇ ਰਜਨੀ ਠਕੁਰਵਾਲ ਜੀ ਦੇ ਹਸਬੈਂਡ ਅੱਜ ਨਾਲ ਸਾਡੇ ਉਹ ਵੀ ਇੱਥੇ ਪਹੁੰਚੇ ਆ, ਅਤੇ ਅਸੀਂ ਇਹਨਾਂ ਦੇ ਪਰਿਵਾਰ ਤੱਕ, ਇਹਨਾਂ ਦੇ ਪਿੰਡ ਤੱਕ ਪਹੁੰਚ ਕੀਤੀ ਆ, ਅਤੇ ਪਿੰਡ ਦੇ ਮੋਹਤਬਰ ਵਿਅਕਤੀਆਂ ਦੇ, ਸਾਡੇ ਪੰਚ ਸਾਹਿਬ ਵੀ ਆ, ਹੋਰ ਵੀ ਸਾਰੇ ਵਾਸੀਆਂ ਨੂੰ ਪੁੱਛਿਆ, ਅਤੇ ਇਹਨਾਂ ਦੀ ਜਿਹੜੀ ਕੰਡੀਸ਼ਨ ਵਾ, ਘਰ ਦੀ ਜੋ ਹਾਲਾਤ ਵਾ, ਉਹ ਤਕਰੀਬਨ ਤੁਸੀਂ ਸਾਰਿਆਂ ਨੇ ਦੇਖੇ ਲਏ ਆ, ਅਤੇ ਜਿਹੜਾ ਇਹਨਾਂ ਦਾ ਖਰਚ ਪਾਣੀ ਆ ਉਹਦਾ ਵੀ ਕੋਈ ਜ਼ਰੀਆ ਨਹੀਂ ਹੈਗਾ, ਜਿਸ ਤਰ੍ਹਾਂ ਮੰਨ ਲਓ। ਅਤੇ ਅੱਜ ਅਸੀਂ ਇੱਥੇ ਇਹਨਾਂ ਕੋਲ ਭੈਣ ਜੀ ਹੋਣਾਂ ਕੋਲ ਭੇਜਿਆ, ਇਹਨਾਂ ਦੇ ਬੱਚੇ ਆ ਜੀ ਛੋਟੇ ਛੋਟੇ, ਤਕਰੀਬਨ ਸਾਡੀ 2-3 ਦਿਨ ਪਹਿਲਾਂ ਗੱਲ ਹੋਈ ਸੀਗੀ, ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਬਿੰਦਰ ਸਿੰਘ ਜੀ ਹੋਣੀ ਸਾਨੂੰ ਦੱਸਿਆ ਸੀਗਾ। ਅਤੇ ਅੱਜ ਅਸੀਂ ਤਕਰੀਬਨ ਇਹਨਾਂ ਕੋਲ ਜਿਹੜਾ ਕਿ ਰਾਸ਼ਨ ਤਕਰੀਬਨ 6,000 ਰੁਪਏ ਦਾ ਆਪਾਂ ਇਹਨਾਂ ਕੋਲ ਰਾਸ਼ਨ ਪਹੁੰਚਦਾ ਕਰਤਾ ਜੀ ਇਹ। ਅਤੇ ਭਾਅ ਜੀ ਉਹਨਾਂ ਦੀ ਹਾਲਤ ਵੀ ਦੇਖੀ ਹੈ, ਤਾਂ ਪਿੰਡ ਦਿਆਂ ਬੰਦਿਆਂ ਤੋਂ ਵੀ ਪਤਾ ਲੱਗਾ ਹੈ ਕਿ ਦਵਾਈ ਦਾਰੂ ਤੋਂ ਵੀ ਔਖੇ ਹੈਗੇ ਆ। ਅਤੇ ਮੈਂ ਆਪਣੇ ਪੁਰਸ਼ੋਤਮ ਭਾਅ ਜੀ ਨੂੰ, ਸਾਡੇ ਬਹੁਤ ਹੀ ਸਤਿਕਾਰਯੋਗ ਰਜਨੀ ਠਕੁਰਵਾਲ ਦੇ ਹਸਬੈਂਡ, ਤੁਸੀਂ ਸਾਰੇ ਜਾਣਦੇ ਹੀ ਆ, ਅਤੇ ਜਿਨ੍ਹਾਂ ਨੇ ਕਿ ਸਾਡੇ ਨਾਲ ਸਵੇਰ ਤੋਂ ਚੱਲੀ, ਆਪਾਂ ਇਹਨਾਂ ਦਾ ਪੁੱਛ ਕੇ, ਸਵੇਰ ਦਾ ਫੋਨ ਵੀ ਇਹਨਾਂ ਦਾ ਬੰਦ ਆ ਰਿਹਾ ਸੀ, ਫਿਰ ਅਸੀਂ ਪੁੱਛ ਕੇ ਪਹੁੰਚ ਗਏ ਇਹਨਾਂ ਦੇ ਪਿੰਡ ਤੱਕ ਪਹੁੰਚ ਕੀਤੀ ਆ। ਅਤੇ ਜੋ ਸਾਡੀ ਸ਼੍ਰੀ ਗੁਰੂ ਅਰਦਾਸ ਸਭਾ ਯੂਏ ਦੀ ਕਮੇਟੀ ਨੇ ਡਿਊਟੀ ਲਾਈ ਸੀ, ਉਸ ਨੂੰ ਅਸੀਂ ਅੱਜ ਆਪਣੇ ਵੀਰਾਂ ਦੇ ਨਾਲ, ਪੁਰਸ਼ੋਤਮ ਭਾਅ ਜੀ ਦੇ ਨਾਲ, ਹੋਰ ਸਾਡੇ ਪਿੰਡ ਦੇ ਮੋਹਤਬਰ ਵਿਅਕਤੀ ਉਹਨਾਂ ਦੇ ਨਾਲ, ਇਹਨਾਂ ਤੱਕ ਧੰਨ ਰਾਸ਼ੀ ਵੀ ਪਹੁੰਚਦੀ ਕਰਤੀ ਜੀ। ਆ ਜਿਹੜਾ ਧੰਨ ਰਾਸ਼ੀ ਅਮ ਪੁਰਸ਼ੋਤਮ ਭਾਅ ਜੀ ਨੂੰ ਬੇਨਤੀ ਕਰਦਾ, ਭੈਣ ਜੀ ਹੁਣਾਂ ਨੂੰ 4,000 ਰੁਪਈਆ ਦਿਓ ਜੀ, ਅਤੇ ਜਦੋਂ ਕਿਤੇ ਇਹ ਦਵਾਈ ਵਾਸਤੇ ਆ ਜੀ, ਅਤੇ ਜਿਹੜਾ ਰਾਸ਼ਨ ਵੀ ਇਹਨਾਂ ਵਾਸਤੇ 2-3 ਮਹੀਨਿਆਂ ਦਾ ਹੈਗਾ, ਜਿੱਦਾਂ ਮੰਨ ਲਓ ਸਾਰਾ ਕਰਿਆਨੇ ਦਾ ਸਮਾਨ ਟੋੜ ਲਈ ਆਪਾਂ ਇਹਨਾਂ ਨੂੰ ਦੇ ਦਿੱਤਾ ਅੱਜ। ਅਸੀਂ ਇਹੀ ਸ਼੍ਰੀ ਗੁਰੂ ਅਰਦਾਸ ਸਭਾ ਯੂਏ ਦੀ ਕਮੇਟੀ ਨੂੰ, ਸਾਰੀ ਨੂੰ ਬੇਨਤੀ ਇਹੀ ਕਰਦੇ ਹਾਂ ਕਿ ਕਾਫੀ ਸਮਾਂ ਪਹਿਲਾਂ ਦੀ ਜੋ ਵੀਰ 'ਤੇ ਸੱਟ ਲੱਗੀ ਹੋ ਆ, ਸਾਨੂੰ ਇਹੋ ਜਿਹੇ ਉਪਰਾਲੇ ਜ਼ਰੂਰ ਕਰਨੇ ਚਾਹੀਦੇ ਆ, ਅਤੇ ਇਹੋ ਜਿਹੇ ਪਰਿਵਾਰਾਂ ਦੀ ਮਦਦ ਕਰਨੀ ਚਾਹੀਦੀ ਆ, ਅੱਗੇ ਆਉਣਾ ਚਾਹੀਦਾ ਜਿਨ੍ਹਾਂ ਦੇ ਕਿ ਛੋਟੇ ਛੋਟੇ ਬੱਚੇ ਆ। ਅਤੇ ਦੇਖ ਕੇ ਨੈਕਸਟ ਤੁਸੀਂ ਫੋਟੋ ਦੇਖੀ ਸੀ ਸਾਡੇ ਡਾਕਟਰ ਹਰੀ ਸਿੰਘ ਜੀ ਨੇ, ਉਹਨਾਂ ਦਾ ਵੀ ਸਪੈਸ਼ਲ ਧੰਨਵਾਦ ਕਰਦੇ ਜਿਹਨੇ ਸਾਡੀ ਡਿਊਟੀ ਲਾਈ ਸੀ। ਅਸੀਂ ਪੰਜਾਬ ਦੀ ਟੀਮ ਤੋਂ ਇੱਥੇ ਅੱਜ ਪਹੁੰਚੇ ਹਾਂ, ਅਤੇ ਅਸੀਂ ਪੰਜਾਬ ਦੀ ਟੀਮ ਵੱਲੋਂ ਸਾਰੀ ਹੀ ਯੂਏ ਦੀ ਕਮੇਟੀ ਦਾ ਤਹਿ ਦਿਲ ਸ਼ੁਕਰਗੁਜ਼ਾਰ, ਧੰਨਵਾਦ ਸਮੂਹ ਸੰਗਤ ਦਾ ਧੰਨਵਾਦ ਕਰਦੇ ਹਾਂ। ਅਤੇ ਸਾਡੇ ਇੱਥੋਂ ਨਗਰ ਤੋਂ ਪੰਚ ਸਾਹਿਬ, ਇਹਨਾਂ ਨੂੰ ਜ਼ਰੂਰ ਬੇਨਤੀ ਕਰਦਾ ਹੈ ਕਿ ਇਹ ਵੀ ਥੋੜ੍ਹੇ ਜਿਹੇ ਦੋ ਵਿਚਾਰ ਤੁਹਾਡੇ ਨਾਲ ਸਾਂਝੇ ਕਰਨ। ਹਾਂਜੀ, ਸਾਡੇ ਭਾਈ ਸਾਹਿਬ ਅਵਤਾਰ ਸਿੰਘ ਜੀ, ਜਿਹਨਾਂ ਦੇ 3 ਸਾਲ ਪਹਿਲੇ ਤੋਂ ਸੱਟ ਲੱਗ ਚੁੱਕੀ ਹੈ, ਪੈਡ ਤੋਂ ਡਿੱਗੇ ਹੀ, ਰਾਜ ਮਿਸਤਰੀ ਦਾ ਕੰਮ ਕਰਦੇ ਆ, ਅਤੇ ਘਰ ਪਰਿਵਾਰ 'ਚ ਹੋਰ ਕੋਈ ਕਮਾਉਣ ਵਾਲਾ ਨਹੀਂ ਹੈਗਾ, ਗਰੀਬ ਬਹੁਤ ਜ਼ਿਆਦਾ ਨੇ। ਅੱਜ ਇਹ ਭਾਅ ਜੀ ਹੁਣੀ ਆਏ ਨੇ, ਇਹਨਾਂ ਨੇ ਆ ਕੇ ਕਰਿਆਨੇ ਦੀ ਸਮਾਨ ਦੀ ਮਦਦ ਕੀਤੀ ਆ, ਅਤੇ ਮਨੀ ਦੀ ਵੀ, ਪੈਸਿਆਂ ਦੀ ਵੀ ਸੇਵਾ ਕੀਤੀ ਆ ਉਹਨਾਂ ਦੀ ਦਵਾ ਦਾਰੂ ਲਿਆਉਣ ਵਾਸਤੇ, ਅਤੇ ਅਸੀਂ ਇਹਨਾਂ ਦਾ ਬਹੁਤ ਹੈ ਦਿਲੋਂ ਸ਼ੁਕਰਵਾਦ ਕਰਦੇ ਹਾਂ, ਧੰਨਵਾਦ ਕਰਦੇ ਹਾਂ ਜੀ। ਸਾਰੀ ਹੀ ਬਾਲਿਕ ਕਮੇਟੀ ਅੰਦਰਾਂ ਮੇਰੇ ਵੀਰਾਂ ਦਾ, ਸਾਡੇ ਸਿੰਘਪੁਰੀ ਸਾਹਿਬ, ਹੋਰ ਸਾਰੀ ਯੂਏ ਦੀ ਕਮੇਟੀ, ਬਾਕੀ ਸਾਡੇ ਭਾਅ ਜੀ ਹੋਣੀ ਆ ਇੱਧਰ, ਭਾਅ ਜੀ ਹੋਣੇ ਬੜੇ ਵੀਰ ਸਾਡੇ, ਬਹੁਤ ਹੀ ਵਧੀਆ ਉਪਰਾਲਾ ਕਰ ਰਹੇ ਨੇ। ਕਈ ਦਿਨਾਂ ਤੋਂ ਪੂਰੇ ਪਿੰਡਾਂ ਦੇ ਵਿੱਚ ਉੱਧਰਲੀ ਸਾਈਡ 'ਤੇ ਲੰਗਰ ਵੀ ਪਹੁੰਚਾ ਰਿਹਾ, ਗਰੀਬਾਂ ਦੀ ਮਦਦ ਵੀ ਕਰ ਰਹੇ ਆ। ਮੇਰੀ ਅਪੀਲ ਆ, ਬਾਕੀ ਵੀ ਮੇਰੇ ਵੀਰਾਂ ਨੂੰ, ਸਾਰਿਆਂ ਨੂੰ ਅਪੀਲ ਹੈ, ਜਿੱਦਾਂ ਇਹ ਸਾਡੇ ਵੀਰ ਹੈਲਪ ਗਰੀਬਾਂ ਦੀ ਕਰਦੇ ਆ, ਤੁਸੀਂ ਵੀ ਭਰਾਵੋ ਇੱਕ ਵਾਰੀ ਬਾਂਹ ਫੜੋ ਇਹਨਾਂ ਗਰੀਬ ਲੋਕਾਂ ਦੀ, ਤਾਂ ਪਤਾ ਲੱਗਦਾ। ਠੀਕ ਹੈ ਜੀ, ਜੈ ਭੀਮ, ਜੈ ਪਾਰ, ਜੈ ਗਰੀਬ। ਧੰਨਵਾਦ।